ਕਾਲ ਕਿਹੜਾ ਹੁੰਦਾ ਹੈ ਉੱਤਰ ਜਾਂ ਕੁਐਸਚਨ ਹੋ ਸਕਦਾ ਜਿਹੜਾ ਸਮਾਂ ਕਾਲ ਬੀਤ ਚੁੱਕਾ ਹੋਵੇ ਉਸ ਨੂੰ ਕੀ ਕਹਿੰਦੇ ਆ ਉੱਤਰ ਹੈ ਭੂਤਕਾਲ ਜੀ ਜੋ ਪਹਿਲਾਂ ਹੋ ਚੁੱਕਾ ਉਹਨੂੰ ਕਹਿੰਦੇ ਆ ਭੂਤਕਾਲ ਮਤਲਬ ਪਾਸਟ ਹੀ ਲਿਖੇ ਵਾਕ ਦਾ ਕਾਲ ਕਿਹੜਾ ਹੈ ਬੱਚੇ ਖੇਡ ਰਹੇ ਹਨ ਉੱਤਰ ਹੈ ਭੂਤਕਾਲ ਜਦੋਂ ਕਿਰਿਆ ਦਾ ਕੰਮ ਆਉਣ ਵਾਲੇ ਸਮੇਂ ਵਿੱਚ ਹੋਵੇ ਤਾਂ ਉਹ ਕਿਹੜੇ ਕਾਲ ਵਿੱਚ ਹੁੰਦੀ ਆ ਜਾਂ ਕੁਸ਼ਲ ਜਿਹੜਾ ਸਮਾਂ ਆਉਣ ਵਾਲਾ ਹੋਵੇ ਜਾਂ ਅੱਗੋ औाड़ा हो कहते हैं जो वाले समय उ भविखकाल अगला क्वेश्चन हेठ लिखे वाक है बच्चे खेड भविख्यकाल हाँ जी गा गएगी मतलब भविख्यकाल होगा वर्तमान कॉल दया किस्म होंगे उत्तर छे हाँ जी भूतकाल दिन किस्म होंगे उत्तर भविखकाल दिन किस्म होंगे उत्तर चार हवा चलती है वाक वर्तमान काल की कि दशा है उत्तर साधारण ज अनिश्चित किसान खेत विच हल चला रहा है वाक वर्तमान काल की कि दशा है उत्तर चालू असी अपना सफर मुका लिया है वाक वर्तमान काल की कि दशा है उत्तर पूर्ण ਮੀਂਹ ਸਵੇਰ ਤੋਂ ਹੀ ਪੈ ਰਿਹਾ ਹੈ। ਬਾਕ ਵਰਤਮਾਨ ਕਾਲ ਦੀ ਕਿਹੜੀ ਦਸ਼ਾ ਹੈ ਉਤਰ ਪੂਰਨ ਚਾਲੂ। ਜੇ ਅੱਜ ਮੀਂਹ ਨਾ ਪਵੇ ਤਾਂ ਮੈਂ ਤੇਰੇ ਕੋਲ ਆ ਸਕਦਾ। ਬਾਕ ਵਰਤਮਾਨ ਕਾਲ ਦੀ ਕਿਹੜੀ ਦਸ਼ਾ ਹੈ ਉਤਰ ਸ਼ਰਤੀ। ਤੁਸੀਂ ਇੱਥੇ ਹੀ ਹੀ ਰਹੋ। ਬਾਕ ਵਰਤਮਾਨ ਕਾਲ ਦੀ ਕਿਹੜੀ ਦਸ਼ਾ ਹੈ ਉਤਰ ਸ਼ਰਤੀ। ਜੇ ਰਸਤਾ ਨਾ ਜੇ ਰਸਤਾ ਨਾ ਚੁੱਕਿਆ ਹੁੰਦਾ ਤਾਂ ਅਸੀਂ ਸਮੇਂ ਸਿਰ ਪਹੁੰਚ ਜਾਣਾ ਸੀ। ਇਹ ਬਾਕ ਭੂਤ ਕਾਲ ਦੀ ਕਿਹੜੀ ਦਸ਼ਾ ਵਿੱਚ ਹੈ ਉਤਰਹ ਸ਼ਰਤੀ ਜੇ ਤੁਸੀਂ ਦਵਾਈ ਖਾਓਗੇ ਤਾਂ ਤੁਸੀਂ ਰਾਜੀ ਹੋ ਜਾਵੋਗੇ ਇਹ ਵਾਕ ਭਵਿੱਖ ਕਾਲ ਦੀ ਕਿਹੜੀ ਦਸ਼ਾ ਹੈ ਉਤਰਾ ਸ਼ਰਤੀ ਮੀ ਪੈ ਰਹਾ ਹੈ ਜਬ ਬੱਚੇ ਖੇਡ ਰਹੇ ਹਨ ਵਾਕ ਕਾਲ ਦੀ ਕਿਹੜੀ ਕਿਸਮ ਨਾਲ ਸੰਬੰਧਿਤ ਹੈ ਵਰਤਮਾਨ ਵਰਤਮਾਨ ਕਾਲ ਨੂੰ ਪ੍ਰਗਟਾਉਂਦੀ ਕਿਰਿਆ ਵਾਲਾ ਇੱਕ ਵਾਕ ਲਿਖੋ ਇਹ ਬਟੂਆ ਮੇਰਾ ਹੈ ਜੇ ਤੁਸੀਂ ਰਾਮ ਨੂੰ ਮਿਹਨਤ ਕਰਾਓ स हो सकता है इस बाकिया भूतकाल बदल के लिखो तरह कराई सकिया भूतकाल प्रगटाउंड क्रिया वाला एक वाक लिखो मुंडा बहुत हसया एक कम फुटबाल खेड रहा है बाक द क्रिया में भविख कलो खेड रहा हो मेरे पिता जी आं फुटबाल खेडागा ये वाक के ਕਿਹੜੇ ਕਾਲ ਨਾਲ ਸੰਬੰਧਿਤ ਹੈ ਭਵਿੱਖ ਕਾਲ ਨਾਲ ਹਾਂਜੀ ਮੇਰਾ ਭਰਾ ਪਤੰਗ ਉਡਾਂਦਾ ਹੈ ਮੁੰਡਾ ਭੱਜਦਾ ਹੈ ਇਸ ਵਾਕ ਦਾ ਕਾਲ ਦੱਸੋ ਤੇ ਵਰਤਮਾਨ ਕਾਲ ਨਾਲ ਸਕੂਲ ਦੀ ਘੰਟੀ ਵੱਜ ਚੁੱਕੀ ਹੈ ਇਹ ਵਾਕ ਕਿਹੜੇ ਕਾਲ ਨਾਲ ਸੰਬੰਧਿਤ ਹੈ ਵੱਲ ਚੁੱਕੀ ਹੈ ਵੱਲ ਭੂਤ ਕਾਲ